ਭਾਰਤ ਪਾਕਿਸਤਾਨ ਸਰਹੱਦ ਤੇ ਵਸੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸ਼ਿਕਾਰ ਮੱਛੀਆਂ ਵਿੱਚ ਇੱਥੇ ਬੀਤੇ ਦਿਨ ਇੱਕ ਔਰਤ ਨੇ ਖੇਤਾਂ ਵਿੱਚ ਛੁਪੇ ਇੱਕ ਸ਼ੱਕੀ ਨੂੰ ਵੇਖਿਆ ਸੀ। ਉੱਥੇ ਹੀ ਅੱਜ ਇਸ ਇਲਾਕੇ ਦੇ ਨੇੜਲੇ ਪਿੰਡ ਚੱਕਵਾਲੀ ਵਿੱਚ ਵੀ ਇੱਕ ਕਿਸਾਨ ਨੇ 3 ਸ਼ੱਕੀ ਲੋਕਾਂ ਨੂੰ ਰਾਈਫਲਾਂ ਅਤੇ ਭਾਰੀ ਬੈਗ ਨਾਲ ਵੇਖਿਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਇਲਾਕੇ ਵਿੱਚ ਪੁਲਿਸ ਤੇ BSF ਵੱਲੋਂ ਦੇਰ ਰਾਤ ਤੋਂ ਹੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦਰਅਸਲ ਪਿੰਡ ਚੱਕੀਵਾਲਾ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਖੇਤਾਂ ਵਿੱਚ ਲੁਕੇ 3 ਸ਼ੱਕੀ ਲੋਕਾਂ ਨੂੰ ਵੇਖਿਆ। ਉਸ ਨੇ ਦੱਸਿਆ ਕਿ ਸ਼ੱਕੀਆਂ ਕੋਲ ਹਥਿਆਰ ਅਤੇ ਵੱਡਾ ਬੈਗ ਵੀ ਸੀ। ਬਲਜਿੰਦਰ ਸਿੰਘ ਨੇ ਦੱਸਿਆ ਕਿ ਘਰ ਵਾਪਸ ਪਹੁੰਚਦੇ ਹੀ ਉਸ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਹਾਸਲ ਹੋਣ ਉਪਰੰਤ ਪੁਲਿਸ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਹੈ। ਹਾਂਜੀ, ਮੈਂ ਬਾਹਰ ਨੂੰ ਗਿਆ, 7:30 ਕੁ ਦਾ ਟਾਈਮ ਆ ਅਤੇ ਉਸ ਟਾਈਮ 'ਤੇ ਮੈਂ ਦੇਖੇ ਆ ਅਤੇ ਭੱਜ ਆਇਆ ਮੈਂ ਦੇਖ ਕੇ, ਚੱਪਲਾਂ ਉੱਥੇ ਮੇਰੀਆਂ ਰਹਿ ਗਈਆਂ। ਹਾਂਜੀ, ਮੈਂ ਵੇਖੇ ਆ ਉਦੋਂ ਮੈਂ ਖਲੋਤੇ ਗੱਲਾਂ ਕਰਦੇ ਆ ਅਤੇ ਉਸ ਤੋਂ ਬਾਅਦ ਮੁੜ ਕੇ ਜਦੋਂ ਮੈਂ ਵੇਖ ਕੇ ਪਿਛਾਂ ਭੱਜਾ, ਹਥਿਆਰ ਵੀ ਉਹਨਾਂ ਕੋਲ 6 ਫੁੱਟ ਜਵਾਨ ਨੇ, ਕਾਲੀਆਂ ਵਰਦੀਆਂ ਨੇ, ਦਾੜੀਆਂ ਰੱਖੀਆਂ ਡੇਢ। ਹਾਂਜੀ ਜੀ, ਮੈਂ ਵੇਖ ਕੇ ਅਤੇ ਭੱਜ ਆਇਆ ਮੁੜ ਕੇ ਜਦੋਂ ਵਰਦੀਆਂ ਵੇਖ ਕੇ, ਇਹ ਸਮਝ ਨਹੀਂ ਲੱਗੀ ਭਾਸ਼ਾ, ਆਪਣੀ ਭਾਸ਼ਾ ਜੀ ਬੋਲਦੇ। ਜਿੱਦਾਂ ਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਪਾਕਿਸਤਾਨ ਦੇ ਨਾਲ ਹੋਈ ਟੈਂਸ਼ਨ ਦੇ ਪ੍ਰਤੀ ਲੋਕਾਂ 'ਚ ਕਾਫੀ ਡਰ ਸਹਿਮ ਦਾ ਮਾਹੌਲ ਜਿਹੜਾ ਹੋਇਆ ਫੈਲਿਆ ਹੋਇਆ ਪਿੰਡਾਂ ਦੇ ਵਿੱਚੋਂ। ਜਿਸ ਵੀ ਪਿੰਡ 'ਚੋਂ ਸਾਨੂੰ ਕਦੇ ਫੋਨ ਆਉਂਦਾ, ਅਸੀਂ ਇਮੀਜੀਏਟਲੀ ਉੱਥੇ ਮੂਵ ਕਰਦੇ ਹਾਂ। ਅਤੇ 1-2 ਪਿੰਡਾਂ 'ਚੋਂ ਸਾਨੂੰ ਫੋਨ ਆਇਆ ਸੀ, ਅਸੀਂ ਇੱਥੇ ਬੰਦੇ ਦੇਖੇ ਗਏ ਕਾਲੇ ਕੱਪੜਿਆਂ ਦੇ ਵਿੱਚ, ਉਹਨਾਂ ਕੋਲ ਵੈਪਨ ਸੀਗੇ। ਇਮੀਜੀਏਟਲੀ ਅਸੀਂ ਉੱਥੇ ਮੂਵ ਕੀਤਾ, ਸਾਡੀ QRT ਟੀਮ, SSG ਟੀਮ, ਸਾਰੀ ਲਾਈਕ ਕਮਾਂਡੋ ਟੀਮਸ ਅਸੀਂ ਤਿਆਰ ਕੀਤੀਆਂ ਡਿਸਟ੍ਰਿਕਟ ਵੱਲੋਂ। ਇਹ ਇਮੀਜੀਏਟਲੀ ਉੱਥੇ ਰਸ਼ ਕਰ ਰਹੀ ਹੈ SHO ਵਗੈਰਾ। ਅਤੇ ਪਿੰਡ ਦੇ ਵਿੱਚ ਇੱਦਾਂ ਦੀ ਕੋਈ ਗੱਲ ਪਿੰਡਾਂ ਦੇ ਵਿੱਚ ਲੋਕਾਂ 'ਚ, ਜਿੱਦਾਂ ਹੁਣ ਹਾਰਵੈਸਟਰ ਦਾ ਸੀਜ਼ਨ ਆ, ਪਿੰਡਾਂ ਦੇ ਵਿੱਚ ਸ਼ਾਮ ਨੂੰ ਰਾਤ ਨੂੰ ਵੀ ਇਹਨਾਂ ਨੇ ਖੇਤਾਂ 'ਚ ਪਾਣੀ ਲਾਉਣਾ, ਵੀ ਇੱਦਾਂ ਦਾ ਕੋਈ ਡਰ ਵਾਲਾ ਮਾਹੌਲ ਇਹਨਾਂ 'ਚ ਨਾ ਹੋਵੇ। ਅਸੀਂ ਇਹਨਾਂ ਦੇ ਅੱਗੇ ਹੋ ਕੇ ਚੱਲੀਏ, ਇਹਨਾਂ ਨੂੰ ਵਿਸ਼ਵਾਸ ਹੋਵੇ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅੱਜ ਕਿਹੜੇ ਪਿੰਡ ਦੇ ਵਿੱਚ ਦੇਖੇ ਗਏ, ਕਿੰਨੇ ਆਦਮੀ ਜਿਹੜੇ ਉਸ ਦੇ ਦੇਖੇ ਗਏ, ਕੌਣ ਦੱਸਿਆ ਸੀ? ਨਹੀਂ ਦੇਖੇ ਨਹੀਂ ਗਏ ਕੋਈ। ਸਾਨੂੰ ਫੋਨ ਆਇਆ ਸੀ ਕੱਲ੍ਹ ਸ਼ਿਕਾਰ ਮਾਛੀਆਂ ਤੋਂ ਫੋਨ ਆਇਆ ਸੀ ਲੇਡੀਜ਼ ਦਾ, ਅਸੀਂ ਉੱਥੇ ਵੀ ਇਮੀਜੀਏਟਲੀ ਪਹੁੰਚ ਗਏ ਸੀ। ਅਤੇ ਆਹ ਪਿੰਡ ਹੁਣ ਕਿਹੜਾ ਸੀਗਾ, ਚਾਕਾਂ ਵਾਲੀ ਪਿੰਡ ਤੋਂ ਫੋਨ ਆਇਆ ਰਾਤ, ਸਾਨੂੰ ਉਹਨਾਂ ਨੇ ਦੇਖੇ ਗਏ, ਫਿਰ ਉੱਥੇ ਵੀ ਇਮੀਜੀਏਟਲੀ ਅਸੀਂ ਸਰਚ ਕੀਤੀ ਆਲੇ ਦੁਆਲੇ, ਹੁਣ ਵੀ ਸਰਚ ਸਾਡੀ ਆਪਰੇਸ਼ਨ ਚੱਲ ਰਿਹਾ ਸਰ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਸੇਵਕ ਵੈਬ TV।